ਇੱਕ ਟ੍ਰੇਨ ਦੇ ਵਿੱਚ ਅਚਾਨਕ ਹੀ ਅੱਗ ਲੱਗਣ ਦੇ ਨਾਲ ਸਵਾਰੀਆਂ ਦੇ ਵਿੱਚ ਹੜਕੰਪ ਮੱਚ ਗਿਆ। ਦੱਸ ਦਈਏ ਕਿ ਛਾਲ ਮਾਰ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ। ਤਾਂ ਦੱਸ ਦਈਏ ਕਿ ਲਗਾਤਾਰ ਇੱਕ ਵਾਰ ਫੇਰ ਤੋਂ ਟ੍ਰੇਨ ਜੋ ਹੈ ਉਹ ਸੁਰਖੀਆਂ ਦੇ ਵਿੱਚ ਆਈ ਹੈ। ਦੱਸ ਦਈਏ ਕਿ ਪਹਿਲਾਂ ਜਿੱਥੇ ਸਰਹੰਦ ਦੇ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਸੀ, ਉੱਥੇ ਹੀ ਹੁਣ ਇੱਕ ਵੱਡੀ ਖਬਰ ਹੋਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਪੈਸੇਂਜਰ ਟ੍ਰੇਨ ਦੇ ਵਿੱਚ ਅਚਾਨਕ ਅੱਗ ਲੱਗੀ ਹੈ। ਜਿਵੇਂ ਹੀ ਆ ਕੇ ਟ੍ਰੇਨ ਸਟੇਸ਼ਨ ਦੇ ਉੱਤੇ ਰੁਕਦੀ ਹੈ ਤਾਂ ਆਉਂਦੇ ਸਾਰ ਹੀ ਇਸ ਦੇ ਵਿੱਚ ਅੱਗ ਲੱਗ ਜਾਂਦੀ ਹੈ। ਹਾਲਾਂਕਿ ਇੰਜਨ ਦੇ ਵਿੱਚ ਪਹਿਲਾਂ ਥੋੜ੍ਹਾ ਜਿਹਾ ਧੂੰਆਂ ਉੱਠਦਾ ਦੇਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਤੁਰੰਤ ਹੀ ਇੱਕੇ ਲਖਤ ਅੱਗ ਲੱਗ ਜਾਂਦੀ ਹੈ। ਹਾਲਾਂਕਿ ਜਿਵੇਂ ਹੀ ਅੱਗ ਲੱਗਦੀ ਹੈ ਤਾਂ ਲੋਕ ਜੋ ਨੇ ਉਹ ਛਾਲ ਮਾਰ ਕੇ ਆਪਣੀ ਜਾਨ ਬਚਾਉਂਦੇ ਨੇ। ਤਾਂ ਦੱਸ ਦਈਏ ਕਿ ਇੱਕ ਇੰਜਨ ਅਤੇ ਇੱਕ ਡੱਬਾ ਸੜ ਕੇ ਇਸ ਹਾਦਸੇ ਦੇ ਵਿੱਚ ਸਵਾਹ ਹੋ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੀ ਹਾਂ, ਇੱਕ ਪੈਸੇਂਜਰ ਟ੍ਰੇਨ ਦੇ ਵਿੱਚ ਅਚਾਨਕ ਹੀ ਅੱਗ ਲੱਗ ਗਈ, ਜਿਸ ਦੇ ਕਾਰਨ ਲੋਕਾਂ ਦੇ ਵਿੱਚ ਹੜਕੰਪ ਮਚਿਆ। ਤਾਂ ਦੱਸ ਦਈਏ ਕਿ ਲਗਾਤਾਰ ਰੇਲਵੇ ਵਿਭਾਗ ਸੁਰਖੀਆਂ ਦੇ ਵਿੱਚ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਬਿਹਾਰ ਦੇ ਕਿਓਲ ਜੰਕਸ਼ਨ ਦੇ ਉੱਤੇ ਇਹ ਅੱਗ ਲੱਗੀ ਹੈ। ਇੱਕ ਪੈਸੇਂਜਰ ਟ੍ਰੇਨ ਜੋ ਕਿ ਪਟਨਾ ਤੋਂ ਝਾਰਖੰਡ ਦੇ ਲਈ ਜਾ ਰਹੀ ਸੀ ਤਾਂ ਅਚਾਨਕ ਹੀ ਜਿਵੇਂ ਆ ਕੇ ਕਿਓਲ ਜੰਕਸ਼ਨ ਦੇ ਉੱਪਰ ਰੁਕਦੀ ਹੈ ਪਲੇਟਫਾਰਮ ਨੰਬਰ 5 ਦੇ ਉੱਤੇ, ਤਾਂ ਅਚਾਨਕ ਹੀ ਜੋ ਇੰਜਨ ਹੈ ਉਸਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਧੂੰਆਂ ਨਿਕਲਦੇ ਦੇਖ ਜੋ ਸਵਾਰੀਆਂ ਨੇ ਉਹਨਾਂ ਦੇ ਵਿੱਚ ਹੜਕੰਪ ਮੱਚ ਜਾਂਦਾ, ਅਫੜਾ ਤਫੜੀ ਮੱਚ ਜਾਂਦੀ ਹੈ। ਪਰ ਜਦੋਂ ਤੱਕ ਸਵਾਰੀਆਂ ਉਸਦੇ ਵਿੱਚੋਂ ਨਿਕਲਦੀਆਂ ਉਦੋਂ ਤੱਕ ਸਾਰਾ ਹੀ ਡੱਬਾ ਸੜ ਕੇ ਸਵਾਹ ਹੋ ਗਿਆ। ਤਾਂ ਦੱਸ ਦਈਏ ਕਿ ਵਾਲ ਵਾਲ ਸਵਾਰੀਆਂ ਦੀ ਜਾਨ ਬਚੀ ਹੈ। ਹਾਲਾਂਕਿ ਲੋਕਾਂ ਦੇ ਸਮਾਨ ਦਾ ਨੁਕਸਾਨ ਜ਼ਰੂਰ ਹੋਇਆ, ਪਰ ਇਹ ਤਸਵੀਰਾਂ ਵੀ ਖੁਦ ਬਿਆਨ ਕਰ ਰਹੀਆਂ ਨੇ ਕਿ ਅੱਗ ਕਿੰਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਹੋਈ ਹੈ। ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ, ਫਾਇਰ ਬ੍ਰਿਗੇਡ ਦੇ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਤਾਂ ਸ਼ਾਮ ਨੂੰ 5:20 ਦੇ ਉੱਤੇ ਇਸ ਟ੍ਰੇਨ ਦੇ ਵਿੱਚ ਅਚਾਨਕ ਹੀ ਅੱਗ ਲੱਗ ਜਾਂਦੀ ਹੈ। ਹਾਲਾਂਕਿ ਲਗਾਤਾਰ ਰੇਲਵੇ ਵਿਭਾਗ ਇਹਨਾਂ ਦਿਨਾਂ ਸੁਰਖੀਆਂ ਦੇ ਵਿੱਚ ਹੈ, ਜਿੱਥੇ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਦੁਰਘਟਨਾਵਾਂ ਘਟ ਰਹੀਆਂ ਨੇ, ਉਸਦੇ ਨਾਲ ਕਿਤੇ ਨਾ ਕਿਤੇ ਰੇਲਵੇ ਵਿਭਾਗ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਚਿੰਨ੍ਹ ਲੱਗਣੇ ਲਾਜ਼ਮੀ ਨੇ। ਤਾਂ ਦੱਸ ਦਈਏ ਕਿ ਇੱਕ ਟ੍ਰੇਨ ਦੇ ਵਿੱਚ ਅਚਾਨਕ ਹੀ ਹੁਣ ਅੱਗ ਲੱਗ ਗਈ ਹੈ, ਸਵਾਰੀਆਂ ਦੀ ਜਾਨ ਵਾਲ ਵਾਲ ਬਚੀ ਹੈ। ਤਾਂ ਬਿਹਾਰ ਦੇ ਕਿਓਲ ਜੰਕਸ਼ਨ ਦੇ ਉੱਤੇ ਜਿਹੜੀ ਇੱਕ ਟ੍ਰੇਨ ਪਟਨਾ ਤੋਂ ਝਾਰਖੰਡ ਪੈਸੇਂਜਰ ਟ੍ਰੇਨ ਜਾ ਰਹੀ ਸੀ, ਅਚਾਨਕ ਹੀ ਜਾ ਕੇ ਜਦੋਂ ਲੱਖੀ ਸਰਾਏ ਕਿਓਲ ਜੰਕਸ਼ਨ ਦੇ ਉੱਤੇ ਰੁਕਦੀ ਹੈ ਪਲੇਟਫਾਰਮ ਨੰਬਰ 5 'ਤੇ, ਤਾਂ ਅਚਾਨਕ ਹੀ ਉਸਦੇ ਵਿੱਚ ਅੱਗ ਲੱਗ ਜਾਂਦੀ ਹੈ। ਅੱਗ ਲੱਗਣ ਤੋਂ ਬਾਅਦ ਮੌਕੇ ਦੇ ਉੱਤੇ ਸਵਾਰੀਆਂ ਛਾਲ ਮਾਰ ਦਿੰਦੀਆਂ ਨੇ ਅਤੇ ਉਹਨਾਂ ਦੀ ਜਾਨ ਬਚ ਜਾਂਦੀ ਹੈ। ਹਾਲਾਂਕਿ ਦੋ ਡੱਬੇ ਕਿਹਾ ਜਾ ਰਿਹਾ ਕਿ ਬੁਰੇ ਤਰੀਕੇ ਦੇ ਨਾਲ ਸੜ ਕੇ ਸਵਾਹ ਹੋਏ ਨੇ, ਵਿੱਚ ਇੱਕ ਇੰਜਨ ਵੀ ਸ਼ਾਮਿਲ ਦੱਸਿਆ ਜਾ ਰਿਹਾ। ਜਦੋਂ ਅੱਗ ਲੱਗੀ ਤਾਂ ਮੌਕੇ ਦੇ ਉੱਤੇ ਹੀ ਲੋਕੋ ਪਾਇਲਟ ਦੇ ਵੱਲੋਂ ਸਮਝਦਾਰੀ ਦਿਖਾਈ ਗਈ ਅਤੇ ਕੁਝ ਡੱਬਿਆਂ ਨੂੰ ਟ੍ਰੇਨ ਦੇ ਇੰਜਨ ਨਾਲੋਂ ਵੱਖ ਕਰਤਾ। ਹਾਲਾਂਕਿ ਲੋਕਾਂ ਦੇ ਵੱਲੋਂ ਧੱਕਾ ਮਾਰ ਕੇ ਟ੍ਰੇਨ ਨੂੰ ਸਾਈਡ ਦੇ ਵਿੱਚ ਕੀਤਾ ਜਾਂਦਾ, ਜੋ ਡੱਬੇ ਸੇਫ ਬਚ ਜਾਂਦੇ ਨੇ ਉਹਨਾਂ ਨੂੰ ਸਾਈਡ ਦੇ ਵਿੱਚ ਧੱਕਾ ਮਾਰ ਕੇ ਕੀਤਾ ਜਾਂਦਾ। ਪਰ ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ ਦੇ ਉੱਤੇ ਪਹੁੰਚਦੀ ਤਾਂ ਉਦੋਂ ਤੱਕ ਸਾਰੀ ਟ੍ਰੇਨ ਹੀ ਇਹ ਸੜ ਕੇ ਸਵਾਹ ਹੋ ਚੁੱਕੀ ਸੀ। ਤਾਂ ਦੱਸ ਦਈਏ ਕਿ ਇੱਕ ਵੱਡਾ ਨੁਕਸਾਨ ਜੋ ਹੈ ਉਹ ਜ਼ਰੂਰ ਹੋਇਆ। ਹਾਲਾਂਕਿ ਜਿਵੇਂ ਹੀ ਇਸ ਸਟੇਸ਼ਨ ਦੇ ਉੱਤੇ ਇਸ ਟ੍ਰੇਨ 'ਚ ਅੱਗ ਲੱਗੀ ਤਾਂ ਬਾਕੀ ਟ੍ਰੇਨਾਂ ਨੂੰ ਵੀ ਪਿੱਛੇ ਹੀ ਰੋਕ ਦਿੱਤਾ ਗਿਆ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਤਾਂ ਦੱਸ ਦਈਏ ਕਿ ਬਿਹਾਰ ਦੇ ਵਿੱਚ ਇੱਕ ਪੈਸੇਂਜਰ ਟ੍ਰੇਨ ਨੂੰ ਅਚਾਨਕ ਹੀ ਅੱਗ ਲੱਗੀ ਹੈ।